ਹੈਲੋ ਸਟੂਡੈਂਟ, ਅੱਜ ਆਪਾਂ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਦਾ ਪ੍ਰੈਕਟਿਸ ਟੈਸਟ ਨੰਬਰ 3 ਕਰਾਂਗੇ, ਜਮਾਤ 8ਵੀਂ। ਪਹਿਲਾ ਕੁਐਸਚਨ ਹੈ, 3/10 ਨੂੰ 3/5 ਦੇ 1/4 ਨਾਲ ਭਾਗ ਕਰੋ। 3/10 ਨੂੰ 3/5 ਦੇ 1/4, 3/5 ਦਾ 1/4 ਮਤਲਬ 1/4। ਇਹ ਹੈਗਾ 3 × 3, 5 × 20। ਹੁਣ 3/10 ਨੂੰ 3/20 ਨਾਲ ਭਾਗ ਕਰਨਾ ਹੈ। 3/10 ਭਾਗ ਕਰਾਂਗੇ 3/20 ਨਾਲ। ਇਹ ਉਲਟ ਕੇ 20/3 ਬਣ ਜਾ, 3 × 3 ਕੈਂਸਲ, 10 × 1 = 10, 10 × 9 = 20। ਜਵਾਬ ਕੀ ਆ ਗਿਆ? ਆਪਸ਼ਨ ਨੰਬਰ 2 ਰਾਈਟ ਆਂਸਰ। ਦੂਸਰਾ ਸਵਾਲ ਹੱਲ ਕਰੋ, -3/5 +7/6 +-2/5 +5/6। ਇਹਦੇ ਵਿੱਚ ਕੀ ਕਰਾਂਗੇ ਆਪਾਂ? ਪਲੱਸ ਵਾਲੇ ਅਲੱਗ ਕਰ ਲੈਂਦੇ ਹਾਂ, -3/5 ±-2/5 +7/6 +5/6। ਇਹਨਾਂ ਦਾ ਹਰ ਬਰਾਬਰ, ਇਸ ਲਈ ਆ ਜੂਗਾ 5 ਉੱਪਰ ਆ ਗਿਆ, 3 -2 ਪਲੱਸ। ਇੱਥੇ ਹਰ ਬਰਾਬਰ ਹੈ, ਇਸ ਲਈ ਉੱਪਰ ਆ ਜੂਗਾ 7 + 5। -3 ਅਤੇ -2 -5/5 +7 × 5 = 12, 12/6, 6 × 6, 6 × 2 = 12, 5 × 5 -1 +2। ਇਹ ਆ ਗਿਆ ਆਪਣੇ ਕੋਲ 1। ਅਤੇ ਆਪਸ਼ਨ ਨੰਬਰ ਕਿਹੜੀ ਆ ਗਈ ਵੀ ਇਹਦੀ? 17ਵੀਂ ਦੀ ਪਹਿਲੀ ਆਪਸ਼ਨ ਰਾਈਟ ਆਂਸਰ ਹੈ। 18ਵਾਂ ਸਵਾਲ, ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਕ ਉਲਟ ਸੰਭਵ ਨਹੀਂ ਹੈ? ਪਹਿਲੀ ਆਪਸ਼ਨ ਆ ਬਈ 0। 0 ਦਾ ਜਿਹੜਾ ਗੁਣਾਤਮਕ ਉਲਟ ਉਹ ਹੋਊਗਾ ਬਈ 1/0, ਜੋ ਕਿ ਇੰਪੋਸੀਬਲ ਹੈ ਜਾਂ ਪਰਿਭਾਸ਼ਿਤ ਨਹੀਂ ਹੈ। ਪਹਿਲੀ ਆਪਸ਼ਨ ਰਾਈਟ ਆਂਸਰ। ਚੌਥਾ ਕੁਐਸਚਨ, 1/5 ਦੀ ਤੂਲ ਭਿੰਨ ਦੱਸੋ ਜਿਸ ਦਾ ਅੰਸ਼ 4 ਹੋਵੇ। 1/5 ਦੀ ਤੂਲ ਭਿੰਨ, 1/5 ਇਹਦੀ ਤੂਲ ਭਿੰਨ ਦੱਸਣੀ ਵੀ ਜਿਸ ਦਾ ਅੰਸ਼ 4 ਹੋਵੇ। ਅੰਸ਼ 4 ਹੋਣ ਲਈ 4 ਨਾਲ ਗੁਣਾ ਕਰ ਦਿੰਦੇ ਉੱਪਰ ਥੱਲੇ, 4 × 4, 5 × 20। ਆਪਸ਼ਨ ਨੰਬਰ 3 ਰਾਈਟ ਆਂਸਰ। ਪੰਜਵਾਂ ਸਵਾਲ, -5/12 ਵਿੱਚੋਂ -3/4 ਨੂੰ ਘਟਾਓ। -5/12 ਵਿੱਚੋਂ ਘਟਾਓ ਕੀ ਕਰਨਾ ਵੀ? -3/4 -5/12 -, +3/4। ਬਟਰਫਲਾਈ ਮੈਥਡ ਲਾ ਲਓ, 5 × 20, ਮਾਈਨਸ 'ਤੇ 20, 12 × 36, 12 × 48। ਉੱਪਰ ਆਪਣੇ ਕੋਲ ਆ ਗਿਆ ਵੀ 36 ਚੋਂ 20 ਘਟਾਏ 16, ਥੱਲੇ ਆ ਗਿਆ 48, 16 × 16, 16 × 48, ਇਹ ਆ ਗਿਆ 1/3। ਆਪਸ਼ਨ ਨੰਬਰ ਪਹਿਲੀ ਰਾਈਟ ਆਂਸਰ। ਛੇਵਾਂ ਸਵਾਲ, ਕਿਹੜੀ ਭਿੰਨ ਵੱਡੀ ਹੈ, 4/5 ਜਾਂ 5/6? ਇਹਨੂੰ ਆਪਾਂ 6 ਕ੍ਰੋਸ ਮਲਟੀਪਲਾਈ ਗੁਣਾ ਕਰੋ, 6 ਚੌਕਾ
6 ਚੌਕਾ 24, 5 5 25। ਕਿਹੜੀ ਵੱਡੀ ਹੈ ਵੀ? 25 ਵੱਡੀ ਹੈ, ਇਹਦਾ ਮਤਲਬ 5 ਵਟਾ 6 ਸੰਖਿਆ ਕੀ ਹੈ? ਵੱਡੀ ਹੈ। ਦੂਜੀ ਆਪਸ਼ਨ ਰਾਈਟ ਆਂਸਰ। 22ਵਾਂ ਸਵਾਲ ਕਹਿੰਦਾ, ਰੀਨਾ ਕੋਲ 3/4 ਮੀਟਰ ਲੰਬਾ ਇੱਕ ਰੀਬਨ ਹੈ, ਜੇਕਰ ਉਸਨੂੰ 1.5 ਮੀਟਰ ਲੰਬੇ ਰੀਬਨ ਦੀ ਲੋੜ ਹੈ ਤਾਂ ਉਸਨੂੰ ਹੋਰ ਕਿੰਨੇ ਰੀਬਨ ਦੀ ਜ਼ਰੂਰਤ ਹੈ? 1/5 ਮੀਟਰ ਰੀਬਨ ਦੀ ਲੋੜ ਹੈ, ਉਹਦੇ ਕੋਲ ਪਹਿਲਾਂ ਕਿੰਨਾ ਸੀ? 3/4 ਮੀਟਰ ਉਸ ਕੋਲ ਹੈ, ਇੰਨੇ ਦੀ ਉਹਨੂੰ ਲੋੜ ਹੈ। ਹੁਣ 1.5 ਮੀਟਰ ਨੂੰ ਆਪਾਂ ਪਹਿਲਾਂ ਭਿੰਨ ਵਿੱਚ ਬਦਲਦੇ ਹਾਂ, 15/10, 5 × 3 = 15, 5 × 2 = 10, ਇਹ ਆ ਗਿਆ ਆਪਣੇ ਕੋਲ 3/2। ਇੰਨਾ ਉਹਨੂੰ ਚਾਹੀਦਾ ਅਤੇ ਇੰਨਾ ਉਹਦੇ ਕੋਲ ਹੈਗਾ। 3/2 ਵਿੱਚੋਂ 3/4 ਘਟਾ ਦਿਉ, 4 × 3 = 12, 3 × 2 = 6, 4 × 2 = 8, ਇਹ ਆ ਗਿਆ ਆਪਣੇ ਕੋਲ 6/8। ਇਹਨੂੰ ਕੱਟ ਦਿੰਦੇ ਹਾਂ, 3 × 2 = 6 ਅਤੇ 3 × 8, 3/4 ਆਪਣਾ ਆਂਸਰ ਹੈ। ਇਹਨੂੰ ਭਾਗ ਕਰਕੇ ਵੇਖ ਲਓ, 3 ਨੂੰ ਆਪਾਂ ਡਿਵਾਈਡ ਕਰੀਏ 4 ਨਾਲ, 4 × 0 = 0, 0 ਪੁਆਇੰਟ ਲਵਾਂਗੇ, 7 × 4 = 28, 2 × 4 = 20, 0.75 ਆਂਸਰ, ਪਹਿਲੀ ਆਪਸ਼ਨ ਰਾਈਟ ਆਂਸਰ। ਪ੍ਰੀਆ ਨੇ 100 ਪੰਨਿਆਂ ਵਾਲੀ ਕਿਤਾਬ ਦੇ 25 ਪੰਨੇ ਪੜ੍ਹੇ, ਨਕੀਤਾ ਨੇ ਇਸ ਕਿਤਾਬ ਦੇ 2/5 ਪੰਨੇ ਪੜ੍ਹੇ, ਕਿਸ ਨੇ ਘੱਟ ਪੰਨੇ ਪੜ੍ਹੇ? 100 ਪੰਨਿਆਂ ਵਾਲੀ ਕਿਤਾਬ ਵਿੱਚ 25 ਤਾਂ ਪ੍ਰੀਆ ਨੇ ਪੜ੍ਹਤੇ, ਨਕੀਤਾ ਨੇ ਇਸ ਕਿਤਾਬ ਦੇ 2/5 ਪੰਨੇ ਪੜ੍ਹੇ ਆ। 100 ਦਾ 2/5, 100 × 2/5, 5 × 5 = 5, 20 × 5 = 100, 20 × 40, ਹੁਣ ਨਕੀਤਾ ਨੇ ਕਿੰਨੇ ਪੜ੍ਹਿਆ ਬਈ? 40, ਅਤੇ ਪ੍ਰੀਆ ਨੇ ਕਿੰਨੇ ਪੜ੍ਹਿਆ ਬਈ? 25, ਕਿੰਨੇ ਘੱਟ ਪੜ੍ਹੇ ਆ? ਪ੍ਰੀਆ ਨੇ, ਆਪਸ਼ਨ ਨੰਬਰ 1 ਰਾਈਟ ਆਂਸਰ। ਕਿਹੜਾ ਵੱਡਾ ਹੈ, 1 ਜਾਂ 0.99? ਆਪਾਂ ਨੂੰ ਪਤਾ ਹੀ ਹੈ ਵੀ 1 ਆ ਇਹ ਵੱਡਾ, ਇਹ 1 ਤੋਂ ਛੋਟਾ, ਇਸ ਲਈ 1 ਫਸਟ ਆਪਸ਼ਨ ਰਾਈਟ ਆਂਸਰ। 25ਵਾਂ ਸਵਾਲ, 2 ਰੁਪਏ 5 ਪੈਸੇ ਨੂੰ ਦਸ਼ਮਲਵ ਵਿੱਚ ਲਿਖੋ। 2 ਰੁਪਏ, 2 + 5 ਰੁਪਏ ਨੂੰ ਆਪਾਂ 5 ਪੈਸੇ ਨੂੰ ਰੁਪਏ ਵਿੱਚ ਬਦਲਣਾ, ਇਹਨੂੰ ਆਪਾਂ 100 ਨਾਲ ਡਿਵਾਈਡ ਕਰਾਂਗੇ, 2 × 5, ਇਹ ਆ ਗਿਆ ਆਪਣੇ ਕੋਲ 0.05, ਜੋੜ ਕਰਾਂਗੇ 2.05, ਆਪਸ਼ਨ ਨੰਬਰ 1 ਰਾਈਟ ਆਂਸਰ। 26ਵਾਂ ਸਵਾਲ, ਸੁਨੀਤਾ ਨੇ ਆਪਣੇ ਸਕੂਲ ਪਹੁੰਚਣ ਲਈ ਬੱਸ ਰਾਹੀਂ 15 ਕਿਲੋਮੀਟਰ 268 ਮੀਟਰ 15 ਕਿਲੋਮੀਟਰ ਅਤੇ 268 ਮੀਟਰ, ਕਾਰ ਰਾਹੀਂ 7 ਕਿਲੋਮੀਟਰ 7 ਮੀਟਰ 7 ਕਿਲੋਮੀਟਰ ਅਤੇ 7 ਮੀਟਰ 0.07 ਮੀਟਰ ਅਤੇ 500 ਮੀਟਰ ਪੈਦਲ ਸਫ਼ਰ ਕੀਤਾ, 500 ਮੀਟਰ ਪੈਦਲ। ਉਸਦਾ ਸਕੂਲ ਉਸਦੀ ਰਿਹਾਇਸ਼ ਤੋਂ ਕਿੰਨੀ ਦੂਰ ਹੈ? ਜੋੜ ਲਿਆ ਆਪਾਂ, 8 ਅਤੇ 7 15, 1 ਆਇਆ ਆਂਸਰ, 6 ਅਤੇ 7 5 ਅਤੇ 2 7, ਇੱਧਰ ਆ ਗਿਆ 7 ਅਤੇ 5 12, 1 ਆਇਆ ਆਂਸਰ, ਇਹ ਆ ਗਿਆ 22 ਕਿਲੋਮੀਟਰ 775 ਮੀਟਰ, ਆਪਸ਼ਨ ਨੰਬਰ 2 ਰਾਈਟ ਆਂਸਰ।
27ਵਾਂ ਕੁਐਸਚਨ, -3/4 ਨੂੰ ਕਿਸ ਸੰਖਿਆ ਨਾਲ ਗੁਣਾ ਕੀਤਾ ਜਾਵੇ ਕਿ ਗੁਣਨਫਲ 15/16 ਪ੍ਰਾਪਤ ਹੋ ਜਾਵੇ। -3/4 ਨੂੰ ਕਿਸ ਸੰਖਿਆ ਨਾਲ ਆਪਾਂ ਮੰਨ ਲਿਆ ਐਕਸ ਨਾਲ ਗੁਣਾ ਕੀਤਾ ਜਾਵੇ ਤਾਂ 15/16 ਪ੍ਰਾਪਤ ਹੋ ਜਾਂਦਾ। ਐਕਸ 15/16 ਆ ਉੱਧਰ ਜਾ ਕੇ 4 ਭਾਗ ਆ, ਇਹ ਮਲਟੀਪਲਾਈ ਹੋ ਜਾਊਗਾ, 3 ਇੱਧਰਲੇ ਪਾਸੇ ਮਲਟੀਪਲਾਈ ਹੈ, ਇਹ ਡਿਵਾਈਡ ਹੋ ਜਾਊਗਾ ਮਾਈਨਸ ਵੀ ਨਾਲ। ਇਹ ਆ ਗਿਆ ਆਪਣੇ 3 × 1 = 3, 5 × 3 = 15, 4 × 1 = 4, 4 × 4 = 16 ਆਂਸਰ ਆ ਗਿਆ -5/4, ਆਪਸ਼ਨ ਨੰਬਰ 1 ਰਾਈਟ ਆਂਸਰ। ਇੱਕ ਮੁਕਾਬਲੇ ਵਿੱਚ ਪਹਿਲੇ ਭਾਗੀਦਾਰ ਨੂੰ 100 ਰੁਪਇਆ 1000 ਰੁਪਇਆ ਮਿਲਦਾ, ਦੂਸਰੇ ਨੂੰ 600 ਮਿਲਦਾ ਅਤੇ ਤੀਜੇ ਨੂੰ 400 ਰੁਪਇਆ ਇਨਾਮ ਵਜੋਂ ਦਿੱਤੇ ਜਾਂਦੇ ਹਨ। ਇਨਾਮੀ ਰਾਸ਼ੀ ਦਾ ਅਨੁਪਾਤ ਪਤਾ ਕਰੋ। ਅਨੁਪਾਤ ਕਰ ਲਿਆ, 0 ਕੈਂਸਲ ਹੋ ਗਿਆ, ਇਹ ਆਪਣੇ ਕੋਲ ਬਚ ਗਿਆ 10, 6, 4। ਇਹ ਵੀ ਵੰਡੇ ਗਏ 5 × 10, 3 × 6, 2 × 4। ਅਨੁਪਾਤ ਕੀ ਆ ਗਿਆ, 5:3:2, ਆਪਸ਼ਨ ਨੰਬਰ 1 ਰਾਈਟ ਆਂਸਰ। 29ਵਾਂ ਕੁਸ਼ਚਨ, ਇੱਕ ਤ੍ਰੈਭੁਜ ਦੇ 3 ਕੋਣ 1:3:5 ਦੇ ਅਨੁਪਾਤ ਵਿੱਚ ਹਨ, ਸਭ ਤੋਂ ਵੱਡੇ ਕੋਣ ਦਾ ਮਾਪ ਪਤਾ ਕਰੋ। ਹੁਣ ਵੇਖੋ ਵੀ ਤ੍ਰਿਕੋਣ ਦੇ 3 ਕੋਣਾਂ ਦਾ ਜੋੜ ਹੁੰਦਾ 180। ਆਪਾਂ ਮੰਨ ਲਿਆ ਵੀ ਪਹਿਲਾ ਅਨੁਪਾਤ ਕੀ ਹੈ, ਐਕਸ ਪਲੱਸ 3x + 5x ਬਰਾਬਰ 180। ਇਹ ਆ ਗਿਆ ਆਪਣੇ ਕੋਲ 9x = 180। ਐਕਸ ਬਰਾਬਰ 180/9, 9 × 9, 9 × 18, 20। ਐਕਸ ਦਾ ਮੁੱਲ ਹੈਗਾ ਆਪਣੇ ਕੋਲ 20। ਹੁਣ ਸਭ ਤੋਂ ਵੱਡੇ ਕੋਣ ਦਾ ਮਾਪ ਪੁੱਛਿਆ ਉਹਨੇ, ਸਭ ਤੋਂ ਵੱਡਾ ਕਿਹੜਾ ਵੀ ਅਨੁਪਾਤ ਕਿਹੜਾ, 5 ਹੈ ਆਪਣੇ, 5x। 5 ਨੂੰ ਆਪਾਂ ਗੁਣਾ ਕਰ ਲਿਆ, ਐਕਸ ਦੀ ਥਾਂ 'ਤੇ ਆ ਗਿਆ 20। 20 × 5 = 100, 100 ° ਐਂਗਲ ਬਣ ਗਿਆ ਆਪਣਾ 100, ਅਤੇ ਤੀਜੀ ਆਪਸ਼ਨ ਰਾਈਟ ਆਂਸਰ। 100 + 7 - 8 / 2 × 3, ਬੋਰਡ ਮਾਸ ਦੇ ਤਰੀਕੇ ਨਾਲ ਹੱਲ ਕਰਾਂਗੇ। 10 + 7 - 8 / 2, 8 ਨੂੰ 2 ਨਾਲ ਭਾਗ ਕੀਤਾ ਗੁਣਾ 3, ਇਹ ਆ ਗਿਆ 2 × 2, 4 × 8, 10 + 7 - ਅਤੇ ਹੁਣ ਮਲਟੀਪਲਾਈ, 4 × 3 = 12। ਹੁਣ ਮਾਈਨਸ ਦੇ 12 ਹੋ ਗਏ ਆਪਣੇ ਕੋਲ, ਅਤੇ ਪਲੱਸ ਦੇ 17, 17 ਵਿੱਚੋਂ 12 ਗਏ, 17 - 12 = 5, ਆਪਸ਼ਨ ਨੰਬਰ 1 ਰਾਈਟ ਆਂਸਰ। 31ਵਾਂ ਸਵਾਲ, 5 ਦੀ ਘਾਤ 3 + 1 ਦਾ ਇਕਾਈ ਅੰਕ ਕੀ ਹੋਵੇਗਾ। 5 ਦੀ ਘਾਤ ਕਿੰਨੀ ਮਰਜ਼ੀ ਹੋਵੇ, ਉਸਦਾ ਇਕਾਈ ਅੰਕ ਹਮੇਸ਼ਾ 5 ਹੀ ਹੁੰਦਾ ਹੈ, ਪਰ ਇੱਥੇ ਪਲੱਸ 1 ਵੀ ਕਰਨਾ, ਇਕਾਈ ਅੰਕ 5 ਹੈ ਅਤੇ ਉਹਦੇ ਵਿੱਚ 1 ਪਲੱਸ ਹੋ ਗਿਆ, ਇਹ ਬਣ ਗਿਆ ਆਪਣੇ ਕੋਲ 6। ਇਸ ਲਈ ਆਪਸ਼ਨ ਨੰਬਰ 3 ਰਾਈਟ ਆਂਸਰ। 32ਵਾਂ ਕੁਸ਼ਚਨ, ਸਕੂਲ ਦੇ ਖੇਡ ਦਿਵਸ 'ਤੇ 100 ਵਿਦਿਆਰਥੀਆਂ ਨੂੰ 5 ਵੱਖ ਵੱਖ ਤਰ੍ਹਾਂ ਦੀਆਂ ਦੌੜਾਂ ਵਿੱਚ ਵੰਡਿਆ ਗਿਆ। 100 ਵਿਦਿਆਰਥੀ ਹੈ, 5 ਵੱਖ ਵੱਖ, 100 ਨੂੰ 5 'ਤੇ ਵੰਡਾਂਗੇ ਤਾਂ ਕਿੰਨਾ ਆ ਜਾਊਗਾ, 20, 20 × 5 = 100, ਇਹ ਆ ਗਿਆ 20 20 20 20, ਅਤੇ ਇੱਥੇ ਵੀ ਇੱਕ 20 ਲਿਖ ਲਓ। ਉਸ ਤੋਂ ਬਾਅਦ ਕੀ ਹੈ ਬਈ, 10 ਵਿਦਿਆਰਥੀ ਬਾਹਰ ਹੋ ਗਏ ਪਹਿਲੇ ਗੇੜ ਤੋਂ ਬਾਅਦ, ਪਹਿਲਾ ਗੇੜ ਹੋਇਆ, ਪਹਿਲਾ ਰਾਊਂਡ ਹੋਇਆ, ਉਸ ਤੋਂ ਬਾਅਦ 10 ਵਿਦਿਆਰਥੀ ਬਾਹਰ ਹੋ ਗਏ, 20 ਚੋਂ 10 ਗਏ, 10 ਰਹਿ ਗਏ, ਇੱਥੇ ਵੀ 10, ਇੱਥੇ ਵੀ 10, ਇੱਥੇ ਵੀ 10, 10।
ਹਰੇਕ ਤਰ੍ਹਾਂ ਦੀ ਦੌੜ ਤੋਂ ਵਿੱਚੋਂ 7 ਹੋਰ ਵਿਦਿਆਰਥੀ ਬਾਹਰ ਹੋ ਗਏ। ਹੁਣ ਦੱਸ ਰਹੇ ਸੀ ਉਹਦੇ ਵਿੱਚੋਂ 7 ਹੋਰ ਬਾਹਰ ਹੋ ਗਏ, 7 ਬਾਹਰ ਹੋ ਗਏ ਤਾਂ 3 ਰਹਿ ਗਏ। ਮੌਜੂਦਾ ਵਿਦਿਆਰਥੀਆਂ ਦੀ ਗਿਣਤੀ ਪਤਾ ਲਗਾਓ, ਹੁਣ ਕਿੰਨੇ ਆ ਬਈ ਮੌਜੂਦਾ, ਕਿੰਨੇ ਰਹਿ ਗਏ? ਹੁਣ 3 ਰਹਿ ਗਏ ਹਰੇਕ 'ਚ। ਪਹਿਲੀ ਆਪਸ਼ਨ ਰਾਈਟ ਆਂਸਰ। 33ਵਾਂ ਕੁਸ਼ਚਨ, ਅਪ੍ਰੈਲ ਮਹੀਨੇ ਵਿੱਚ ਕਿੰਨੇ ਸੈਕਿੰਡ ਹੁੰਦੇ ਨੇ? ਅਪ੍ਰੈਲ ਮਹੀਨੇ ਵਿੱਚ ਦਿਨ ਹੁੰਦੇ ਆ ਬਈ 30, ਅਤੇ ਇੱਕ ਦਿਨ ਵਿੱਚ ਘੰਟੇ ਹੁੰਦੇ 24, ਅਤੇ ਇੱਕ ਘੰਟੇ ਵਿੱਚ ਮਿੰਟ ਹੁੰਦੇ 60, ਅਤੇ ਇੱਕ ਮਿੰਟ ਵਿੱਚ ਸੈਕਿੰਡ ਹੁੰਦੇ 60। ਆਪਸ਼ਨ ਵੇਖ ਲਓ, 30, 24, 60, 60, 30, 24, 60, 60। ਪਹਿਲੀ ਆਪਸ਼ਨ ਰਾਈਟ ਆਂਸਰ ਹੈ। ਧੰਨਵਾਦ।